ਅਖਬਾਰ ਨੂੰ ਮੋੜਦਿਆਂ ਹੋਇਆਂ ਮਸ਼ਹੂਰ ਕੈਪਟਨ ਹੈਡ ਦੀ ਕਹਾਣੀ ਸੁਣੋ। ਦੋਹਰਾ ਕੀਤਾ ਹੋਇਆ ਅਖਬਾਰ ਲਵੋ, ਛੱਤ ਨੂੰ ਮੋੜਨ ਤੋਂ ਬਾਅਦ ਇਸ ਦੇ ਉੱਪਰ ਅਤੇ ਨੀਚੇ ਵਾਲੇ ਫੱਟੇ ਮੋੜ ਦਿਓ। ਅਖਬਾਰ ਨੂੰ ਪਲਟਾ ਕੇ ਉਸਦਾ ਦੂਜਾ ਫੱਟਾ ਵੀ ਮੋੜ ਦਿਓ। ਇਸ ਦੇ ਨਾਲ ਕਪਤਾਨ ਦੀ ਛੱਤਰੀ ਨੁਮਾ ਟੋਪੀ ਬਣ ਜਾਏਗੀ। ਇਹ ਉਸਨੂੰ ਤੇਜ਼ ਧੁੱਪ ਅਤੇ ਮੀਂਹ ਤੋਂ ਬਚਾਏਗੀ। ਰਾਤ ਨੂੰ ਜਦੋਂ ਸਵਾਰੀਆਂ ਸੋ ਜਾਣਗੀਆਂ, ਕਪਤਾਨ ਇਸ ਟੋਪੀ ਨੂੰ ਖੋਲ੍ਹ ਕੇ ਘੁਮਾ ਕੇ ਉੱਪਰ ਕਰੇਗਾ ਅਤੇ ਆਪਣੀ ਫਾਇਰਮੈਨ ਟੋਪੀ ਬਣਾਏਗਾ। ਇਹ ਟੋਪੀ ਫਾਇਰਮੈਨ ਦੀ ਰੀੜ ਦੀ ਹੱਡੀ ਨੂੰ ਬਚਾਏਗੀ। ਦੂਸਰੀ ਰਾਤ ਕਪਤਾਨ ਇਸ ਟੋਪੀ ਨੂੰ ਇੱਕ ਵਾਰ ਫੇਰ ਮੋੜ ਕੇ ਸ਼ਿਕਾਰੀ ਟੋਪੀ ਬਣਾ ਲਵੇਗਾ। ਤੀਸਰੀ ਰਾਤ ਜਦੋਂ ਸਵਾਰੀਆਂ ਸੋ ਜਾਣਗੀਆਂ, ਕਪਤਾਨ ਇਸ ਟੋਪੀ ਨੂੰ ਘੁਮਾ ਕੇ ਦੋਵੇਂ ਪਾਸੇ ਮੋੜੇਗਾ ਅਤੇ ਤਿਕੋਣੀ ਟੋਪੀ ਬਣਾਏਗਾ। ਮਸ਼ਹੂਰ ਪੁਲਿਸ ਟੋਪੀ, ਭਾਰਤੀ ਫਿਲਮਾਂ ਦੇ ਸਾਰੇ ਪੁਲਸੀਏ ਇਹ ਟੋਪੀ ਪਾਉਂਦੇ ਹਨ, ਜਿਹੜੀ ਕਿ ਪਾਂਡੂ ਟੋਪੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਜੇ ਤੁਸੀਂ ਇਸ ਟੋਪੀ ਦੇ ਦੋਵੇਂ ਸਿਰੇ ਖਿੱਚ ਦਿਓ ਤਾਂ ਤੁਹਾਡੀ ਕਪਤਾਨ ਕਸ਼ਤੀ ਬਣ ਜਾਏਗੀ। ਹੁਣ ਸਾਰੀਆਂ ਸਵਾਰੀਆਂ ਸਫ਼ਰ ਦਾ ਆਨੰਦ ਮਾਣ ਰਹੀਆਂ ਹਨ। ਅਚਾਨਕ ਇੱਕ ਤੂਫਾਨ ਆ ਗਿਆ। ਵੱਡੀਆਂ ਲਹਿਰਾਂ ਨੇ ਖੱਬੇ ਅਤੇ ਸੱਜੇ ਪਾਸੇ ਟੱਕਰਾਂ ਮਾਰ ਕੇ ਕਸ਼ਤੀ ਨੂੰ ਤਬਾਹ ਕਰ ਦਿੱਤਾ। ਇੱਕ ਹੋਰ ਵੱਡੀ ਲਹਿਰ ਨੇ ਕਿਸ਼ਤੀ ਦਾ ਅਗਲਾ ਸਿਰਾ ਵੀ ਤਬਾਹ ਕਰ ਦਿੱਤਾ। ਅਤੇ ਕਪਤਾਨ ਕੋਲ ਬਚ ਜਾਂਦੀ ਹੈ ਸਿਰਫ ਸੁਰੱਖਿਆ ਜੈਕਟ।